ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਦਾ ਸਫ਼ਰ ਸ਼ੁਰੂ ਹੋ ਚੁੱਕਾ ਹੈ। ਜੇ ਗੱਲ ਕਰੀਏ ਸਫ਼ਰ ਦੇ ਪਾਂਧੀਆਂ ਦੀ ਤਾਂ ਉਹ ਵੀ ਆਪਣੇ ਆਪਣੇ ਰਾਹ ਤੇ ਤੁਰ ਪਏ ਹੈ। ਜੇ ਪ੍ਰੋਫੈਸ਼ਨਲ ਤੌਰ ਤੇ ਤਜਰਬੇ ਦੇ ਆਧਾਰ ਤੇ ਗੱਲ ਕਰਾਂ ਤਾਂ ਕਿਹਾ ਜਾ ਸਕਦਾ ਕਿ ਕਦੇ ਵੀ ਇੱਕ ਇਲੈਕਸ਼ਨ ਜਿਹੜੀ ਦੂਜੀ ਇਲੈਕਸ਼ਨ ਦੇ ਨਾਲ ਮੇਲ ਨਹੀਂ ਖਾਂਦੀ। ਇਹ ਵੀ ਕਹਿ ਸਕਦੇ ਹਾਂ ਕਿ ਹਿਸਾਬ ਦਾ ਇਹ ਉਹ ਸਵਾਲ ਨਹੀਂ ਹੈ ਜਿਹਨੂੰ ਅਸੀਂ ਸੌਖੇ ਹੀ 2+2 ਕਰਕੇ 4 ਕਰ ਸਕਦੇ ਹਾਂ। ਇੱਕ ਗੱਲ ਹੋਰ ਵੀ ਬੜੀ ਉੱਭਰ ਕੇ ਸਾਹਮਣੇ ਆ ਰਹੀ ਹੈ, ਆਜ਼ਾਦੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਜਿੰਨੀਆਂ ਵੀ ਇਲੈਕਸ਼ਨਸ ਹੋਈਆਂ ਉਹਨਾਂ ਨਾਲੋਂ ਜਿਹੜੀਆਂ 2017 ਦੀਆਂ ਇਲੈਕਸ਼ਨਸ ਹੈਗੀਆਂ ਸ਼ਾਇਦ ਵੱਖਰਾ ਨਜ਼ਾਰਾ ਪੇਸ਼ ਕਰਨਗੀਆਂ। ਜਿਹੜੀਆਂ ਪਾਰਟੀਆਂ ਔਰ ਜਿਹੜੀਆਂ 13 ਇਹਦੇ 'ਚ ਕੁੱਦ ਰਹੀਆਂ ਨੇ, ਆਮ ਆਦਮੀ ਪਾਰਟੀ ਰੈਲੀਆਂ ਦੇ ਰਾਹੀਂ ਸਰਗਰਮੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆ ਰਹੀ ਹੈ। ਦੂਸਰੇ ਪਾਸੇ ਜਿਹੜੀ ਮੁੱਖ ਵਿਰੋਧੀ ਧਿਰ ਹੈ ਕਾਂਗਰਸ ਪਾਰਟੀ, ਉਸਦੇ ਜਿਹੜੇ ਆਫੀਸ਼ੀਅਲ ਪ੍ਰਧਾਨ ਨੇ ਸਰ ਪ੍ਰਤਾਪ ਸਿੰਘ ਬਾਜਵਾ, ਉਸਦੀ ਗੱਡੀ ਨੂੰ ਤਕਰੀਬਨ ਬ੍ਰੇਕਾਂ ਲੱਗ ਚੁੱਕੀਆਂ ਨੇ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਅਜੇ ਤੱਕ ਕਾਂਗਰਸ ਪਾਰਟੀ ਦੇ ਪਲੇਟਫਾਰਮ ਤੋਂ ਹੀ ਲਲਕਾਰੇ ਮਾਰਦੇ ਹੈ, ਪਰ ਦੇਸ਼ਾਂ ਅਤੇ ਵਿਦੇਸ਼ਾਂ 'ਚ ਅਮੈਰੀਕਾ ਜਾਂ ਕੈਨੇਡਾ 'ਚ ਜਿਹੜੇ ਬੈਠੇ ਪ੍ਰਵਾਸੀ ਪੰਜਾਬੀ ਹੈ ਉਹ ਸ਼ਾਇਦ ਪੰਜਾਬ ਦੀਆਂ ਗਲੀਆਂ ਨੂੰ ਅਜੇ ਨਹੀਂ ਭੁੱਲੇ ਹੋਣਗੇ। ਪੰਜਾਬ ਦੀਆਂ ਗਲੀਆਂ ਜਦੋਂ ਬੱਚੇ ਕ੍ਰਿਕਟ ਖੇਡਦੇ ਹੈ ਤਾਂ ਕਈ ਵਾਰੀ ਚੌਕਾ ਮਾਰਦੇ ਆ ਤਾਂ ਗੁਆਂਢੀਆਂ ਦੇ ਘਰ 'ਚ ਗੇਮ ਜਾ ਟਿਕਦੀ ਹੈ, ਅਤੇ ਗੁਆਂਢੀ ਜਿਹੜੇ ਹੈਗੇ ਜਦੋਂ ਬਾਲ ਨੂੰ ਵਾਪਸ ਕਰਦੇ ਆ ਨਾਲ ਇਹ ਵੀ ਕਹਿ ਦਿੰਦੇ ਆ ਕਿ ਗਲਤੀ ਦੇ ਨਾਲ ਸਾਡੇ ਘਰ 'ਚ ਆ ਗਈ ਸੀ। ਕੈਪਟਨ ਅਮਰਿੰਦਰ ਸਿੰਘ ਜਦੋਂ ਲਲਕੜਾ ਮਾਰਦੇ ਆ ਤਾਂ ਉਹ ਸ਼ਾਇਦ ਜਿਹੜਾ ਹੈਗਾ ਬਾਦਲਾਂ ਦੇ ਜਦੋਂ ਵਿਹੜੇ 'ਚ ਜਾ ਕੇ ਡਿੱਗਦਾ ਤਾਂ ਸਰ ਸੁਖਬੀਰ ਸਿੰਘ ਬਾਦਲ ਫੌਰੀ ਤੌਰ 'ਤੇ ਉਸ ਲਲਕਾਰੇ ਨੂੰ ਵਾਪਸ ਕਰਦੇ ਅਤੇ ਨਾਲ ਇਹ ਵੀ ਆਖਦੇ ਆ ਕਿ ਸ਼ਾਇਦ ਉਹ ਗਲਤੀ ਨਾਲ ਸਾਡੇ ਵੱਲ ਆ ਗਿਆ, ਪ੍ਰਤਾਪ ਸਿੰਘ ਬਾਜਵਾ ਵੱਲ ਭੇਜਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਵਿਕਾਸ ਦੀ ਗੱਡੀ ਚੜ੍ਹਨ ਦੇ ਲਈ ਬੜਾ ਉਤਾਵਲਾ ਹੈ, ਉਸਦੇ ਨਾਲ ਜਿਹੜੀ ਸਹਿਯੋਗੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦਿੱਲੀ 'ਚ ਕੇਂਦਰ 'ਚ ਸੱਤਾ 'ਚ ਆਉਣ ਤੋਂ ਬਾਅਦ ਪਾਰਟੀ 'ਚ ਜਾਨ ਹੈ, ਪਰ ਪਾਰਟੀ ਅਜੇ ਫੈਸਲਾ ਨਹੀਂ ਲੈ ਸਕੀ ਕਿ ਬਾਦਲਾਂ ਦੀ ਗੱਡੀ ਚੜ੍ਹਨਾ ਹੈ ਜਾਂ ਮੋਦੀ ਦਾ ਇੰਜਨ ਜੋੜ ਕੇ ਆਪਣੀ ਜਿਹੜੀ ਹੈਗੀ ਆ ਵੱਖਰੀ ਗੱਡੀ ਚਲਾਉਣੀ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਕਰਨ ਦੇ ਲਈ ਅਸੀਂ ਅੱਜ ਤੁਹਾਡੇ ਬੂਹੇ 'ਤੇ ਜਿਹੜੀ ਦਸਤਕ ਦੇ ਰਹੇ ਹਾਂ, ਇਸ ਦਸਤਕ ਦੇ ਡਿਬੇਟ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਨਾਲ ਖਾਸ ਮਹਿਮਾਨ ਅੱਜ ਹਾਜ਼ਰ ਨੇ, ਤੁਹਾਡੇ ਜਿਹੜੇ ਚੈਨਲ 'ਤੇ ਟੀਵੀ 'ਤੇ ਜਿਹੜੇ ਦਸਤਕ ਦੇ ਰਹੇ ਆ ਇਹਨਾਂ ਮੁੱਦਿਆਂ 'ਤੇ ਲੈ ਕੇ, ਸਾਹਜੀਤ ਸਿੰਘ ਗਰੇਵਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੇ, ਕਰਨਲ ਸੀ ਡੀ ਸਿੰਘ ਕੰਬੋਜ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ, ਸਾਹਿਮਤ ਸਿੰਘ ਸ਼ੇਰਗਿੱਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬਹੁਤ ਹੀ ਸਰਗਰਮ ਆਗੂ ਨੇ, ਮੈਂ ਤਿੰਨਾਂ ਹੀ ਮਹਿਮਾਨਾਂ ਨੂੰ ਦਸਤਕ ਦੇ ਇਸ ਪ੍ਰੋਗਰਾਮ ਦੇ ਵਿੱਚ ਜੀਆਂ ਆਖਦਾ। ਗਰੇਵਾਲ ਸਰ, ਜਦੋਂ ਆਪਾਂ ਇਸ ਮੁੱਦੇ 'ਤੇ ਗੱਲਬਾਤ ਸ਼ੁਰੂ ਕਰ ਰਹੇ ਹਾਂ, ਜਿੱਦਾਂ ਮੈਂ ਸ਼ੁਰੂ ਵਿੱਚ ਗੱਲ ਕੀਤੀ ਹੈ ਕਿ 2017 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੈਗੀਆਂ, ਜੋ ਇੱਕ ਪੋਲੀਟੀਕਲ ਓਵਰਆਲ ਸੀਨ ਇਸ ਵੇਲੇ ਉੱਭਰ ਕੇ ਸਾਹਮਣੇ ਆ ਰਿਹਾ, ਲੱਗਦਾ ਹੈ ਕਿ ਵੱਖਰੀ ਕਿਸਮ ਦਾ ਜਿਹੜਾ ਨਜ਼ਾਰਾ ਹੈ ਪਿਛਲੀਆਂ ਇਲੈਕਸ਼ਨਾਂ ਦੇ ਮੁਕਾਬਲੇ 'ਚ ਪੇਸ਼ਕਾਰ ਹੋਏਗਾ? ਇਹ ਤੁਹਾਡਾ ਮੁੱਦਾ ਤਾਂ ਬਹੁਤ ਮਹੱਤਵਪੂਰਨ ਹੈ ਜੀ, ਪਰ ਸਮੇਂ ਅਜੇ ਉਹਨਾਂ ਨਜ਼ਦੀਕ ਨਹੀਂ ਆਇਆ ਜਦੋਂ ਇਹ ਸਮੀਕਰਨ ਸਾਰੇ ਬਣਨੇ ਆ। ਜੀ ਜੀ, ਔਰ ਮੈਂ ਇਹ ਸਮਝਦਾ ਕਿ ਪੰਜਾਬ ਦੇ ਅੰਦਰ 10 ਸਾਲ ਹੋ ਜਾਣੇ ਆ ਇਸ ਅਕਾਲੀ ਭਾਜਪਾ ਗਠਬੰਧਨ ਦੀ ਸਰਕਾਰ ਨੂੰ ਜੀ, ਤਾਂ ਨਿਸ਼ਚਿਤ ਹੈ ਕਿ ਕੁਛ ਨਾ ਕੁਛ ਐਂਟੀ ਇਨਕੰਬੈਂਸੀ ਜ਼ਰੂਰ ਹੁੰਦਾ, ਉਹ ਕੋਈ ਵੀ ਸਰਕਾਰ ਹੋਵੇ। ਪਰ ਸਾਡੀਆਂ ਸਰਕਾਰਾਂ ਨੇ ਸਿੱਧ ਕਰਤਾ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ ਕਿ ਦੁਬਾਰਾ ਰਿਪੀਟ ਕੀਤੀਆਂ ਵਾਰ ਵਾਰ ਜੀ। ਹੁਣ ਅੱਗੇ ਗਠਬੰਧਨ ਦੇ ਆਪਸੀ ਸੰਬੰਧ ਦੇਖੋ, ਥੋੜ੍ਹੀ ਕੜਵਾਹਟ ਜ਼ਰੂਰ ਆ, ਜਿਸ ਤਰ੍ਹਾਂ ਸਾਡੇ ਪ੍ਰਧਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਈ,
ਔਰ ਬਾਕੀ ਵੀ ਪਾਰਟੀ ਪੋਲੀਟੀਕਲ ਤੌਰ 'ਤੇ ਚਲੋ ਆਪਾਂ ਅੱਜ ਡਿਬੇਟ ਸ਼ੁਰੂ ਦੇ ਵਿੱਚ ਹੀ ਗੱਲ ਕਰ ਰਹੇ ਹਾਂ ਕਿ ਬਦਨਾਮ ਕਰਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਰ ਸੀਰੀਅਸ ਇਸ਼ੂ ਵੀ ਆਪਣੇ ਲਈ ਉਹ ਅੱਜ ਮੁੱਦਾ ਨਹੀਂ ਹੈਗਾ, ਜਿੱਦਾਂ ਉਹਨਾਂ ਦੇ ਨਾਲ ਦੇ ਸਾਥੀਆਂ ਤੋਂ ਕੋਈ ਫੀਮ ਦੇ ਕੇਸ ਸਾਹਮਣੇ ਆਏ ਹੋ ਰਹੇ ਨੇ, ਬਦਨਾਮੀ ਦੀ ਗੱਲ ਵੀ ਨਹੀਂ, ਸਾਥੀਆਂ ਤੋਂ ਫੜਨ ਦਾ ਮਤਲਬ ਇਹ ਨਹੀਂ ਹੈ ਕਿ ਪਾਰਟੀ ਦੇ ਇਸ ਵੇਲੇ 15 ਲੱਖ ਤੋਂ ਉੱਪਰ ਮੈਂਬਰ ਨੇ ਪੰਜਾਬ 'ਚ। ਹਰ ਕਿਸੇ ਦੇ ਲਈ ਪਾਰਟੀ ਪ੍ਰਧਾਨ, ਜੇ ਕਿਸੇ ਵੀ ਪਾਰਟੀ ਦਾ ਪ੍ਰਧਾਨ ਅਸੀਂ ਕਹੀਏ, ਉਹ ਜ਼ਿੰਮੇਦਾਰ ਆ, ਇਹ ਨਹੀਂ ਹੁੰਦਾ। ਔਰ ਇਹ ਪੂਰੀ ਜਾਂਚ ਹੋਣ ਤੋਂ ਬਾਅਦ ਜਿੱਦਾਂ ਮੈਂ ਕਹਿ ਰਿਹਾ ਸਾਡਾ ਮੁੱਦਾ ਨਹੀਂ ਹੈ, ਪਰ ਜੇ ਕਿਸੇ ਪਾਰਟੀ ਪ੍ਰਧਾਨ ਦਾ PA ਕਿਸੇ ਗੱਲ 'ਚ ਇਨਵੋਲਵ ਹੋਏਗਾ ਤਾਂ ਮੈਨੂੰ ਲੱਗਦਾ ਕਿ ਇੰਨਾ ਸੌਖਾ ਨਹੀਂ ਹੈ ਉਸਨੂੰ ਅਸੀਂ ਦੁੱਧ ਧੋਤਾ ਕਹਿ ਸਕੀਏ। ਚਲੋ ਇਹ ਤਾਂ ਹਰ ਕਿਸੇ ਦੀ ਆਪਣੀ ਆਪਣੀ ਸੋਚ ਆ, ਪਰ ਸਾਡਾ ਪ੍ਰਧਾਨ ਇਸ ਤਰ੍ਹਾਂ ਹੈ ਨਹੀਂ। ਓਕੇ। ਔਰ BJP ਦਾ ਕਰੈਕਟਰ ਵੀ ਇਹ ਨਹੀਂ ਹੈ ਜੀ। ਔਰ ਮੈਂ ਇਹ ਸਮਝਦਾ ਕਿ ਜਿਹੜਾ ਇੰਨੀ ਤਪੱਸਿਆ ਤੋਂ ਬਾਅਦ 25-30 ਸਾਲ ਪਾਰਟੀ 'ਚ ਕੰਮ ਕਰਕੇ ਪ੍ਰਧਾਨ ਬਣਦਾ ਕੋਈ ਕਿਸੇ ਪਾਰਟੀ ਦਾ, ਕਿਸੇ ਵੀ ਰਾਜਨੀਤਿਕ ਦਲ ਦਾ ਹੋਵੇ ਜੀ ਜੀ, ਔਰ ਉਸਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ, ਆਪਣੀ ਜਿਹੜੀ ਕਾਲਖ ਹੈ ਉਹਨੂੰ ਧੋਣ ਲਈ, ਉਹ ਮੈਂ ਸਮਝਦਾ ਉਹ ਠੀਕ ਨਹੀਂ ਹੁੰਦਾ। ਔਰ ਇਹ ਕਿਸੇ ਨਾਲ ਵੀ, ਕਿਸੇ ਦੂਸਰੇ ਰਾਜਨੀਤਿਕ ਦਲ ਨਾਲ ਵੀ ਨਹੀਂ ਕਰਨਾ ਚਾਹੀਦਾ, ਜੋ ਅਲਾਇੰਸ ਪਾਰਟਨਰ ਆ ਉਹਦੇ ਨਾਲ ਤਾਂ ਕੀ ਕਰਨਾ ਜੀ ਜੀ, ਮੇਰਾ ਇਹ ਕਹਿਣਾ। ਓਕੇ ਓਕੇ ਕਰਨਲ, ਜਿਹੜਾ ਇਹਨਾਂ ਦੇ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਪੰਜਾਬ ਦੇ ਵਿੱਚ, ਆਪਾਂ ਓਵਰਆਲ ਪੋਲੀਟੀਕਲ ਸੀਨ ਦੀ ਗੱਲ ਕਰਦੇ ਹਾਂ, ਗਰੇਵਾਲ ਸਾਹਿਬ ਦਾ ਕਹਿਣਾ ਹੈ ਕਿ ਵੀ ਅਕਾਲੀ ਦਲ, BJP ਔਰ ਕੁਛ ਇੱਦਾਂ ਦੇ ਐਲੀਗੇਸ਼ਨ ਜਿਹੜੇ ਸਾਡੇ 'ਤੇ ਫਾਲਤੂ ਲੱਗ ਰਹੇ ਹੈ, ਤੁਹਾਡਾ ਵੀ ਬੜਾ ਤਜਰਬਾ ਪੋਲੀਟੀਕਲ ਤੌਰ 'ਤੇ, ਤੁਹਾਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਸੀਨ ਅੱਗੇ ਪੋਲੀਟੀਕਲ ਤੌਰ 'ਤੇ ਗਰਮ ਹੋ ਰਿਹਾ, ਪੰਜਾਬ ਦਾ ਐਤਕੀ ਪੋਲੀਟੀਕਲ ਸੀਨ ਕੋਈ ਵੱਖਰੇ ਨਜ਼ਾਰੇ ਪੇਸ਼ ਕਰਨ ਵੱਲ ਨੂੰ ਅੱਗੇ ਵੱਧ ਰਿਹਾ? ਯੈਸ, ਮੈਂ ਤੁਹਾਡੇ ਨਾਲ ਐਗਰੀ ਕਰਦਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੀ ਸਟਰੋਂਗ ਐਂਟੀ ਇਨਕੰਬੈਂਸੀ ਵੇਵ ਇਸ ਵੇਲੇ ਅਕਾਲੀ BJP ਦੇ ਖਿਲਾਫ ਚੱਲ ਰਹੀ ਹੈ ਜੀ, ਇੰਨੀ ਸ਼ਾਇਦ ਮੇਰੇ ਪੋਲੀਟੀਕਲ ਕੈਰੀਅਰ 'ਚ ਦੇਖਣ 'ਚ ਨਹੀਂ ਆਈ ਜੀ। ਹੁਣ ਉਸ ਐਂਟੀ ਇਨਕੰਬੈਂਸੀ ਵੇਵ ਨੂੰ ਆਪਣੇ ਵੱਲ ਨੂੰ ਖਿੱਚਣ ਵਾਸਤੇ ਕਾਂਗਰਸ ਵੀ ਬੇਚੈਨ ਹੈ, ਲੇਕਿਨ ਇੱਕ ਖਲਾ ਹੈ, ਉਹ ਖਲਾ ਨੂੰ ਪਹਿਲਾਂ PPP ਨੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਓਕੇ, ਹੁਣ ਆਪ ਜਿਹੜਾ ਹੈ ਉਸ ਖਲਾ ਨੂੰ ਜਿਹੜਾ ਹੈ ਉਹ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੋ ਇਹ ਓਬਵੀਅਸ ਹੈ ਕਿ ਲੋਕ ਅਕਾਲੀ ਦਲ BJP ਦੀ ਸਰਕਾਰ ਤੋਂ ਖਫਾ ਨੇ, ਲੇਕਿਨ ਉਹ ਜਿਹੜਾ ਗੁੱਸਾ ਹੈ ਉਹਨੂੰ ਕੈਸ਼ ਆਮ ਆਦਮੀ ਪਾਰਟੀ ਕਰੇਗੀ ਜਾਂ ਕਾਂਗਰਸ ਪਾਰਟੀ ਕਰੇਗੀ, ਇਹ ਇਸ ਵੇਲੇ ਵੱਡਾ ਕੁਐਸਚਨ ਹੈ। ਉਹ ਕੀ ਕਹਿੰਦੇ ਸਰ, ਮੈਂ ਤੁਹਾਨੂੰ ਵਿੱਚੋਂ ਟੋਕ ਕੇ ਕਹਿਣਾ, ਤੁਸੀਂ ਕਹਿੰਦੇ ਕਿ ਖਲਾ ਹੈ ਜਿਹੜਾ ਹੈਗਾ ਇਹ ਕੌਣ ਪੈਦਾ ਕਰੇਗਾ, ਆਮ ਆਦਮੀ ਜਾਂ ਕਾਂਗਰਸ ਜਿਹੜੀ? ਦੂਜੇ ਪਾਸੇ ਜਿਹੜਾ ਰੂਲਿੰਗ ਗਰੁੱਪ ਹੈ ਅਕਾਲੀ ਦਲ, ਉਹਨਾਂ ਦਾ ਉਲਟਾ ਕਹਿਣਾ ਕਿ ਇਸ ਵੇਲੇ ਦੇਖੋ ਕਾਂਗਰਸ ਬੁਰੀ ਤਰ੍ਹਾਂ ਵੱਟੀ ਵੀ ਹੈ, ਕੈਪਟਨ ਅਮਰਿੰਦਰ ਦਾ ਖੇਮਾ, ਪ੍ਰਤਾਪ ਬਾਜਵਾ ਦਾ ਖੇਮਾ, ਆਮ ਆਦਮੀ ਪਾਰਟੀ ਦੇ ਆਪਣੇ ਕਿਸਮ ਦੇ ਐਲੀਗੇਸ਼ਨ ਲਾਉਂਦੇ, ਉਹਨਾਂ ਦਾ ਕਹਿਣਾ ਕਿ ਸਾਡੇ ਮੁਕਾਬਲੇ 'ਚ ਹੈ ਹੀ ਕੌਣ ਹੈ? ਦੇਖੋ, ਮੈਂ ਤੁਹਾਨੂੰ ਦੱਸਦਾ ਜੀ ਕਿ ਅਕਾਲੀ ਦਲ ਦੇ ਵਿੱਚ ਜਿੰਨਾ ਗੁੱਸਾ ਅਤੇ ਰੋਸ ਹਾਲੇ ਮੈਂ ਦੂਜਿਆਂ ਨੇ ਕੀਤੀ, ਮੈਂ ਅਕਾਲੀ ਦਲ ਦੀ ਗੱਲ ਕਰਦਾ ਜੀ ਜੀ। ਇੱਕ ਸਮੁੰਦਰ ਹੈ, ਸ਼ਾਂਤ ਨਜ਼ਰ ਆ ਰਿਹਾ, ਲੇਕਿਨ ਉਹਦੇ ਥੱਲੇ ਕਿੰਨਾ ਤੂਫਾਨ ਹੈ। ਅਕਾਲੀ ਦਲ ਦੇ ਵਿੱਚ ਖੁਦ, ਅਕਾਲੀ ਦਲ ਦੇ ਜਥੇਦਾਰਾਂ 'ਚ, ਅਕਾਲੀ ਦਲ ਦੇ MLA 'ਚ, ਅਕਾਲੀ ਦਲ ਦੇ ਕਾਰਕੁਨਾਂ 'ਚ ਇਹ ਤੂਫਾਨ ਸੁਨਾਮੀ ਦੇ ਰੂਪ 'ਚ ਆਉਣਾ ਅਤੇ ਸਾਰੇ ਅਕਾਲੀ ਦਲ ਨੂੰ ਰੋੜ ਕੇ ਲੈ ਜਾਣਾ। ਅਕਾਲੀ ਦਲ ਦੇ ਵਿੱਚ ਇਸ ਵੇਲੇ ਸੁਖਬੀਰ ਬਾਦਲ ਸਾਹਿਬ ਔਰ ਬਿਕਰਮਜੀਤ ਸਿੰਘ ਮਜੀਠੀਆ ਔਰ ਬੀਬੀ ਹਰਸਿਮਰਤ, ਇਹਨਾਂ ਤਿਕੜੀ ਦੇ ਖਿਲਾਫ ਇੰਨਾ ਰੋਹ ਮੈਂ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਜਿਹੜੇ ਅਕਾਲੀ ਦਲ ਦੇ ਆਪਣੇ ਆਪ ਨੂੰ ਜਥੇਦਾਰ ਕਹਿੰਦੇ ਉਹਨਾਂ 'ਚ ਹੈ, ਜਿਹੜਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਔਰ ਇਸ ਵੇਲੇ ਉਹ ਦਬੇ ਬੈਠੇ ਨੇ, ਸਮਾਂ ਵਿਆਰ ਰਹੇ ਨੇ ਕਿ ਥੋੜ੍ਹਾ ਸਮਾਂ ਹੋਰ ਲੰਘ ਜਾਏ ਫਿਰ ਇਹਨਾਂ ਨੂੰ ਮਜ਼ਾ ਚਖਾਵਾਂਗੇ। ਸ਼ੇਗਲ ਸਾਹਿਬ, ਜਦੋਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਜਿਹੜਾ ਹੈਗਾ ਤੁਸੀਂ ਅੱਜ ਕੱਲ੍ਹ ਜਿਹੜਾ ਆਪਾਂ ਉਸ ਮੁੱਦੇ 'ਤੇ ਬਾਅਦ ਚਾਹੁੰਦੇ ਹਾਂ ਕਿ ਰੈਲੀਆਂ 'ਤੇ ਹੋਰ ਸਾਰਾ ਸ਼ੁਰੂ ਕੀਤਾ ਗਿਆ, ਤੁਹਾਨੂੰ ਲੱਗਦਾ ਹੈ ਕਿ ਪੋਲੀਟੀਕਲ ਤੌਰ 'ਤੇ ਪੰਜਾਬ ਇੱਕ ਨਵੇਂ ਸੀਨ ਵੱਲ ਵੱਧ ਰਿਹਾ? ਦੇਖੋ ਜੀ, ਇਸ ਤਰ੍ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਆ ਜੀ, ਇਹਨੂੰ ਮੈਂ ਪੋਲੀਟੀਕਲ ਪਾਰਟੀ ਹੀ ਨਹੀਂ ਕਹਿੰਦਾ,
ਇਹ ਇੱਕ ਕ੍ਰਾਂਤੀਕਾਰੀ ਪਾਰਟੀ ਤਾਂ ਹੈ ਹੀ ਹੈ। ਇਹ ਇੱਕ ਇਸ ਤਰ੍ਹਾਂ ਹੈ, ਦੇਖੋ ਇਹ ਤਾਂ ਇੱਕ ਬਹੁਤ ਡਿਫਰੈਂਸ, ਜਿਹੜੀ ਸਾਡੀ ਰੈਲੀਆਂ ਵੀ ਹੋ ਰਹੀਆਂ, ਇਹ ਇੱਕ ਕ੍ਰਾਂਤੀਕਾਰੀ ਦੀ, ਕ੍ਰਾਂਤੀ ਦੀ ਲਹਿਰ ਆ ਜੀ। ਲੋਕ ਤੁਸੀਂ ਦੇਖੋ, ਬਾਕੀ ਰੈਲੀਆਂ ਹੁੰਦੀਆਂ ਹੈ, ਲੋਕ ਬੱਸਾਂ 'ਤੇ ਆਉਂਦੇ ਆ, ਲੋਕ ਆਪੇ ਆ ਰਹੇ ਆ। ਮਤਲਬ ਤੁਸੀਂ ਜਾ ਕੇ ਉੱਥੇ ਸਰਵੇ ਕਰਵਾ ਲਓ, ਲੋਕਾਂ 'ਚ ਇੰਨਾ ਜ਼ਿਆਦਾ ਉਤਸ਼ਾਹ ਹੈ। ਤੁਸੀਂ ਸਾਡੀ ਰੈਲੀ ਦੇਖੋ, ਅਸੀਂ ਦਿੰਦੀਆਂ ਦੋ ਦੋ ਰੈਲੀਆਂ ਕਰ ਰਹੇ ਹਾਂ, ਲੋਕ ਬਿਨਾਂ ਕਿਸੇ ਬੱਸਾਂ ਦੇ, ਬਿਨਾਂ ਕਿਸੇ ਉਹਦੇ, ਇੰਨਾ ਜ਼ਿਆਦਾ ਉਤਸ਼ਾਹ, ਕਿਉਂਕਿ ਆਮ ਆਦਮੀ ਪਾਰਟੀ ਮੈਂ ਠੋਕ ਰਿਹਾ, ਇਹ ਕਿਹਾ ਜਾਂਦਾ ਹੈ ਖਾਸ ਤੌਰ 'ਤੇ ਵਿਰੋਧੀ ਧਿਰ ਵੱਲੋਂ ਕਿਹਾ ਜਾਂਦਾ ਹੈ ਕਿ ਵੀ ਜਿਹੜੀਆਂ ਰੈਲੀਆਂ 'ਚ ਇੰਨਾ ਇਕੱਠ ਹੋ ਰਿਹਾ ਉਹਦੇ ਲਈ ਬੱਸਾਂ ਅਤੇ ਹੋਰ ਸਾਰਾ ਸਾਧਨ ਪ੍ਰੋਵਾਈਡ ਕੀਤੇ ਜਾਂਦੇ ਆ, ਔਰ ਖਾਸ ਤੌਰ 'ਤੇ ਇਹ ਵੀ ਕਿਹਾ ਜਾਂਦਾ ਕਿ ਦਿੱਲੀ ਵੱਲੋਂ ਇਹ ਸਾਰੀ ਪੈਸੇ ਟੱਕੇ ਦੀ ਮਦਦ ਕੀਤੀ ਜਾ ਰਹੀ। ਇਹ ਬਿਲਕੁਲ ਗਲਤ ਆ ਜੀ। ਓਕੇ, ਤੁਸੀਂ ਜਾਓ ਜਾ ਕੇ ਸਰਵੇ ਕਰੋ ਜੀ, ਤੁਸੀਂ ਗਰਾਊਂਡ ਰਿਐਲਿਟੀ ਜਾ ਕੇ ਦੇਖੋ ਜੀ ਕਿ ਉੱਥੇ ਕੀ ਲੋਕਾਂ ਦਾ ਜਜ਼ਬਾ ਹੈ ਜੀ, ਲੋਕਾਂ ਦਾ ਜਜ਼ਬਾ ਹੈ ਜੀ। ਇਹ ਇਹਦੇ 'ਚ ਜਿਹੜੇ ਪਹਿਲੋਂ ਤੁਸੀਂ ਦੂਸਰੀਆਂ ਪੋਲੀਟੀਕਲ ਪਾਰਟੀਜ਼ ਦੇਖ ਲਓ, ਲੈਂਡ ਮਾਫੀਆ ਕਿਸਮ ਦੇ ਲੋਕ, ਤੁਸੀਂ ਜਿਹੜੇ ਮਤਲਬ ਇਲੈਕਸ਼ਨ ਲੜਦੇ ਤੁਸੀਂ ਉਹਨਾਂ ਦੀ ਪ੍ਰੋਫਾਈਲ ਕੱਢੋ। ਓਕੇ, ਲੈਂਡ ਮਾਫੀਆ, ਲਿਕਰ ਮਾਫੀਆ, ਦੇ ਹੈਵ ਬਿਨ ਫਾਈਟਿੰਗ ਇਲੈਕਸ਼ਨਸ, ਆਪਣੇ ਪੈਸੇ ਦੇ ਜ਼ੋਰ 'ਤੇ ਇਲੈਕਸ਼ਨ ਆ, ਉਹ ਸਾਰਾ ਸਿਲਸਿਲਾ। ਤੁਸੀਂ ਜਾ ਕੇ ਦੇਖੋ ਕਿ ਉੱਥੇ ਗਰਾਊਂਡ ਦੇ ਕਿਸ ਤਰ੍ਹਾਂ ਆਮ ਆਦਮੀ ਇੱਕ ਪਾਰਟੀਸਪੇਟ ਕਰ ਰਿਹਾ ਹੈ, ਜਿਵੇਂ ਆਜ਼ਾਦੀ ਦੀ ਪਹਿਲੀ ਲੜਾਈ 'ਚ ਪਾਰਟੀਸਪੇਸ਼ਨ ਸੀਗੀ। ਸੋ ਇਹ ਇੱਕ ਕ੍ਰਾਂਤੀ ਦੀ ਮੂਵਮੈਂਟ ਆ, ਉਸ ਕਿਸਮ ਦੀ ਪਾਰਟੀਸਪੇਸ਼ਨ ਹੋ ਰਹੀ ਆ, ਲੋਕਾਂ 'ਚ ਇੰਨਾ ਉਤਸ਼ਾਹ ਹੈ, ਲੋਕਾਂ 'ਚ ਇੰਨਾ ਜ਼ਿਆਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਕਿਹੋ ਜਿਹੀ ਪਾਰਟੀ ਆ ਗਈ ਆ ਜਿਹਨੇ ਬਿਲਕੁਲ, ਜਿਵੇਂ ਦਿੱਲੀ ਦੇ ਵਿੱਚ ਤੁਸੀਂ ਦੇਖੋ, ਭ੍ਰਿਸ਼ਟਾਚਾਰ ਦੇ ਬਿਲਕੁਲ ਖਿਲਾਫ, ਬਿਕੋਜ਼ ਦੇ ਨੋ ਦੈਟ ਦ ਰੂਟ ਕੌਜ਼ ਆਫ ਆਲ ਈਵਲ ਇਨ ਪੰਜਾਬ ਇਜ਼ ਕਰਪਸ਼ਨ। ਜਿਹੜੀ ਬਾਦਲ ਪਰਿਵਾਰ ਹੈਗਾ ਹੈ, ਬਾਦਲ ਇਹ ਸੁਖਬੀਰ ਨੂੰ ਸਾਹਿਬ ਕਹਿੰਦੇ ਆ, ਮੈਨੂੰ ਬਿਲਕੁਲ ਸਾਹਿਬ ਨਹੀਂ, ਸੁਖਬੀਰ ਡਜ਼ਨਟ ਡਿਜ਼ਰਵ ਟੂ ਬੀ ਕਾਲ ਅ ਸਾਹਿਬ, ਸੁਖਬੀਰ ਇਜ਼ ਦ ਬਿਗੈਸਟ ਲਟੇਰਾ ਆਫ ਪੰਜਾਬ, ਸੁਖਬੀਰ ਬਾਦਲ, ਪ੍ਰਕਾਸ਼ ਬਾਦਲ, ਹਰਸਿਮਰਤ, ਦੇ ਹੈਵ ਲੂਟਡ ਪੰਜਾਬ, ਦੇ ਹੈਵ ਲੂਟਡ ਪੰਜਾਬ, ਐਂਡ ਇਟ ਇਜ਼ ਅ ਰਿਜ਼ੋਲਵ ਦੈਟ ਇਨ 17 ਵੀ ਵਿਲ ਥਰੋ ਦੈਮ ਆਊਟ ਆਫ ਦ ਪੋਲੀਟੀਕਲ ਮੈਪ ਆਫ ਇੰਡੀਆ ਫੋਰ ਆਲ ਟਾਈਮਸ ਟੂ ਕਮ। ਬਿਲਕੁਲ, ਆਪਾਂ ਚਲੋ ਪੋਲੀਟੀਕਲ ਭਾਸ਼ਣ ਨਹੀਂ ਕਰਨਾ ਇੱਥੇ, ਜਿਹੜਾ ਹੈਗਾ ਕਿ ਤੁਹਾਡੀ ਇੱਕ ਰਾਏ ਹੋ ਸਕਦੀ ਹੈ। ਗਰੇਵਲ ਸਾਹਿਬ, ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਵੀ ਇਸ ਵੇਲੇ ਜਿਹੜਾ ਰੂਲਿੰਗ ਗਰੁੱਪ ਹੈਗਾ ਉਹਨੇ ਬਹੁਤ ਜ਼ਿਆਦਾ ਜਿਹੜੀ ਐਕਸਪਲੋਇਟੇਸ਼ਨ ਜਾਂ ਕਰਪਸ਼ਨ ਦੇ ਚਾਰਜਸ ਜਿਹੜੇ ਹੈਗੇ ਲੱਗ ਰਹੇ ਹੈ, ਤੁਸੀਂ ਉਸਦੇ ਪਾਰਟਨਰ ਹੋ, ਤੁਹਾਡੀ ਕੀ ਰਾਏ ਹੈ? ਇਸ ਤਰ੍ਹਾਂ ਉਹ ਚਾਰਜਸ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਸੀ ਉਹਦੇ 'ਚ ਵੀ ਲੱਗੇ ਸੀ, ਇਹ ਹਰ ਇਲੈਕਸ਼ਨ 'ਚ ਲੱਗਦੇ ਆ ਜੀ। ਫਿਰ ਉਸ ਵੇਲੇ ਫਿਰ ਬਹੁਤ ਸਹਿਮਤੀ ਆ ਗਈ ਸੀ, ਪਰ ਮੈਂ ਇੱਕ ਚੀਜ਼ ਪੰਜਾਬੀ ਹੋਣ ਦੇ ਨਾਤੇ ਕਹਿਣਾ, ਪੰਜਾਬ ਦੇ ਅੰਦਰ ਜਦੋਂ ਕਾਂਗਰਸ ਦਾ ਰਾਜ ਆਉਂਦਾ ਤਾਂ ਸਿਰਫ ਤੁਸੀਂ ਗਿਣਤੀ ਕਰ ਲਓ 27 ਪਰਿਵਾਰ ਨੇ ਜਿਹੜੇ ਰਾਜ ਕਰਦੇ ਆ, ਉਸ ਤੋਂ ਬਾਹਰੋਂ ਕੋਈ ਥੋੜ੍ਹਾ ਬਹੁਤ ਕੋਈ ਆ ਜਾਵੇ ਤਾਂ ਗੱਲ ਅਲੱਗ ਆ। ਅਸੀਂ ਬ੍ਰੇਕ ਤੋਂ ਬਾਅਦ ਜਿਹੜਾ ਅਹਿਮ ਮੁੱਦਾ ਕਿ ਪੰਜਾਬ ਦਾ ਪੋਲੀਟੀਕਲ ਸੀਨ ਕਿਸ ਤਰੀਕੇ ਦੇ ਨਾਲ ਚੇਂਜ ਹੋ ਰਿਹਾ, ਪੋਲੀਟੀਕਲ ਪਾਰਟੀਆਂ ਕੀ ਸੋਚਦੀਆਂ, ਅਤੇ ਪੰਜਾਬ ਦੇ ਜਿਹੜੇ ਲੋਕਾਂ ਦੀ ਨਬਜ਼ ਹੈਗੀ ਹੈ ਉਹਨੂੰ ਪੋਲੀਟੀਕਲ ਪਾਰਟੀਆਂ ਕਿਸ ਢੰਗ ਨਾਲ ਪਹਿਚਾਣ ਰਹੀਆਂ, ਇਹਨਾਂ ਸਾਰੇ ਮੁੱਦਿਆਂ 'ਤੇ ਅਸੀਂ ਚਰਚਾ ਜਾਰੀ ਰੱਖਾਂਗੇ ਬ੍ਰੇਕ ਦੇ ਬਾਅਦ। ਗਲੋਬਲ ਪੰਜਾਬ ਟੀ ਵੀ 'ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਕੰਨਾ ਸਾਹਿਬ, ਬ੍ਰੇਕ ਤੋਂ ਪਹਿਲਾਂ ਜਿੱਦਾਂ ਆਪਾਂ ਚਰਚਾ ਕਰ ਰਹੇ ਸੀ ਕਿ ਜਿੱਦਾਂ ਗਰੇਵਾਲ ਸਾਹਿਬ ਦਾ ਇਹ ਕਹਿਣਾ ਸੀ ਕਿ ਵੀ ਐਤਕੀ ਜਿਹੜੀ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਕੁਛ ਐਡਵਾਂਸ ਸ਼ੁਰੂ ਹੋ ਗਈਆਂ, ਉਹਦੇ ਤੋਂ ਲੱਗਦਾ ਕਿ ਜਿੱਦਾਂ ਦਾ ਸਾਰਾ ਸੀਨ ਗਰਮ ਹੋ ਰਿਹਾ ਕਿ ਪੰਜਾਬ ਦੇ 'ਚ ਕੁਝ ਬਹੁਤ ਵੱਡਾ ਇਲੈਕਸ਼ਨ 'ਚ ਘਮਸਾਨ ਮੱਚਣ ਵਾਲਾ ਹੈ? ਹਾਂ, ਇਸ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂ ਜੀ। ਮੈਂ ਹਰਜੀਤ ਗਰੇਵਾਲ ਸਾਹਿਬ ਨੂੰ ਬੜੇ ਆਦਰ ਅਤੇ ਸਨਮਾਨ ਨਾਲ ਪੁੱਛਦਾ, ਇਹਨਾਂ ਨੇ ਬੜੀ ਵੱਡੀ ਕਿ ਸਾਡੇ ਕਮਲ ਸ਼ਰਮਾ ਜੀ ਪ੍ਰਧਾਨ ਜੀ ਸਾਡੇ ਕਲਚਰ ਹੀ ਹੈ ਨਹੀਂ ਗਾ, ਅਤੇ ਇਹਨਾਂ ਨੂੰ ਬੰਗਾਰੂ ਲਕਸ਼ਮਣ ਜੀ ਦਾ ਯਾਦ ਨਹੀਂ, ਜਦੋਂ ਟੀ ਵੀ ਦੇ ਉੱਤੇ ਉਹ ਲੱਖਾਂ ਰੁਪਏ ਗਿਣਦੇ ਸੀ ਨੋਟ, ਉਹ ਯਾਦ ਨਹੀਂ ਗਰੇਵਾਲ ਸਾਹਿਬ?
ਤੁਹਾਨੂੰ ਯਾਦ ਨਹੀਂ ਕਿ ਵਿਆਪਮ 'ਚ ਕੀ ਹੋਇਆ, ਤੁਹਾਨੂੰ ਯਾਦ ਨਹੀਂ ਕਿ ਰਮਨ ਜੀ ਨੇ ਉੱਥੇ ਜਿਹੜਾ ਹੈ ਉਹਨਾਂ ਦੇ ਉੱਤੇ ਕਿੰਨੇ 60,000 crore ਰੁਪਏ ਦਾ ਘਪਲੇ ਦਾ ਹੈ, ਤੁਹਾਨੂੰ ਯਾਦ ਨਹੀਂ ਹੈਗਾ ਤੁਹਾਡੇ ਕਰਨਾਟਕਾ ਦੇ ਵਿੱਚ ਜਿਹੜੇ ਸੀ ਕੀ ਉਹਨਾਂ ਦਾ ਨਾਂ ਚੀਫ ਮਿਨਿਸਟਰ ਜਿਹਨਾਂ ਦਾ ਮਾਈਨਿੰਗ ਦੇ ਉੱਤੇ ਲੱਗਾ ਸੀਗਾ, ਕਿੰਨੇ ਤੁਹਾਨੂੰ ਲਿਸਟ ਗਿਣਾਵਾਂ। ਸੋ ਇਹ ਗੱਲਾਂ ਆਪਾਂ ਨਾ ਕਰੀਏ, ਗੱਲ ਤਾਂ ਅੱਜ ਦੇ ਮੁੱਦੇ ਦੀ। ਅੱਜ ਦਾ ਮੁੱਦਾ ਤੁਸੀਂ ਕਿਹਾ ਹੈਗਾ ਕਿ ਘਮਸਾਨ ਮਚੇਗਾ ਕਿ ਨਹੀਂ, ਮੈਂ ਕਹਿ ਰਿਹਾ ਕਿ ਪਹਿਲੀ ਵਾਰੀ ਘਮਸਾਨ ਮਚੇਗਾ ਔਰ ਪਹਿਲੀ ਵਾਰੀ ਐਡਾ ਵੱਡਾ ਕਨਫਿਊਜ਼ਨ ਹੈ ਕਿ ਜਿਹੜਾ ਮਤਲਬ ਧੁੰਦਲਕਾ ਹੈ, ਪੀਪਲ ਆਰ ਨੋਟ ਕਲੀਅਰ ਜੀ ਜੀ, ਜਿਹੜੇ ਉਹ ਬਾਦਲਾਂ ਨੂੰ ਤਾਂ ਬਦਲਣਾ ਚਾਹੁੰਦੇ ਨੇ, ਰਾਈਟ? ਇੱਕ ਮਿੰਟ, ਮੈਂ ਬਾਦਲਾਂ ਨੂੰ ਤੁਸੀਂ ਬਦਲਣਾ ਚਾਹੁੰਦੇ ਨੇ ਇਹਦੇ 'ਚ ਕੋਈ ਡਾਊਟ ਨਹੀਂ। ਸ਼ੇਰਗਿੱਲ ਸਾਹਿਬ ਨੂੰ ਇਤਰਾਜ਼ ਹੈ ਕਿ ਮੈਂ ਸਾਹਿਬ ਕਿਉਂ ਕਹਿੰਦਾ ਇਹ ਮੇਰੇ ਸੰਸਕਾਰ ਨੇ, ਚਲੋ ਸ਼ੇਰਗਿੱਲ ਸਾਹਿਬ ਨੂੰ ਇਤਰਾਜ਼ ਹੈ, ਮੈਂ ਉਹਨਾਂ ਦੇ ਬਹੁਤ ਖਿਲਾਫ ਹਾਂ ਜੀ ਜੀ, ਲੇਕਿਨ ਬੋਲਣ ਲੱਗੇ ਮੇਰਾ ਸੁਭਾਅ ਹੈ, ਓਕੇ ਕਰਨਾ ਸਰ, ਮੈਂ ਕਿਸੇ ਨੂੰ ਜਿੰਨਾ ਬੁਲਾਉਣਾ ਤਾਂ ਮੇਰਾ ਪਰਸਨਲ ਗੱਲ, ਓਕੇ ਨੋ ਪ੍ਰੋਬਲਮ। ਨਾ ਦੀ ਥਿੰਗ ਇਜ਼ ਕਿ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹੈਗਾ ਕਿ ਇੱਕ ਗੱਲ ਦੇ ਉੱਤੇ ਹਰ ਕੋਈ ਕਲੀਅਰ ਹੈ ਕਿ ਬਾਦਲ ਪਰਿਵਾਰ ਜਿਹੜਾ ਹੈ ਇਹਨਾਂ ਨੇ ਬਹੁਤ ਲੁੱਟ ਖੋਹ ਕੀਤੀ ਹੈ, ਇਹਨਾਂ ਨੂੰ ਜਾਣਾ ਚਾਹੀਦਾ ਹੈ, ਲੇਕਿਨ ਉਹਦੀ ਜਗ੍ਹਾ 'ਤੇ ਆਉਣਾ ਕਿੰਨੇ, ਇਹ ਕੁਐਸਚਨ ਮਾਰਕ ਹੈ, ਇਹ ਕੁਐਸਚਨ ਮਾਰਕ ਹੈ। ਕਾਂਗਰਸ ਇਜ਼ ਏ ਨੈਚੁਰਲ ਆਲਟਰਨੇਟਿਵ ਹੱਦ ਤੱਕ ਰਿਹਾ, ਰਾਈਟ? ਲੇਕਿਨ ਤੁਸੀਂ ਜਿਹੜੀ ਗੱਲ ਕਰਦੇ ਹੋ, ਕਾਂਗਰਸ ਸਾਹਿਬ ਆਪਾਂ ਨੂੰ ਇੱਕ ਗੱਲ ਵੀ ਨਹੀਂ ਭੁੱਲਣਾ ਚਾਹੀਦੀ ਕਿ ਪਿਛਲੀਆਂ 2 ਇਲੈਕਸ਼ਨਾਂ 'ਚ ਇਸੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਦਾ ਸਫਾਇਆ ਵੀ ਕੀਤਾ। ਨਹੀਂ, ਸਫਾਇਆ ਨਹੀਂ ਕੀਤਾ ਭਾਅ ਜੀ, 44 seats ਨੇ ਸਫਾਇਆ ਤਾਂ ਨਾ ਕਹੋ, ਯੈਸ ਯੈਸ, ਸੱਤਾ 'ਚ ਨਹੀਂ ਆਏ, ਸੱਤਾ 'ਚ ਨਹੀਂ ਆਏ, ਬਟ ਪਰ ਜਿੰਨੀ ਇਸ ਵਕਤ 'ਤੇ ਸਟਰੋਂਗ ਐਂਟੀ ਇਨਕੰਬੈਂਸੀ ਹੈ, ਮੈਂ ਪਹਿਲਾਂ ਕਹਿ ਚੁੱਕਾ ਕਿ ਇੰਨੇ ਕਦੇ ਨਹੀਂ ਹੋਈ, ਓਕੇ, ਲੇਕਿਨ ਹੁਣ ਜਿਹੜੇ ਹੈ ਵੀ ਕਾਂਗਰਸ ਦੇ ਵਿੱਚ ਜਿਹੜੀ ਤੁਸੀਂ ਆਪਸੀ ਝਗੜੇ ਦੀ ਗੱਲ ਕਰਦੇ ਹੋ, ਮੈਂ ਉਹਨਾਂ ਕਾਂਗਰਸ ਵੀ ਲੋਕਾਂ ਦੇ ਮਨ ਦੇ ਉੱਤੇ ਭਾਰੂ ਹੈ, ਓਕੇ ਓਕੇ, ਆਪ ਦੇ ਵਿੱਚ ਝਗੜਾ ਹੋ ਰਿਹਾ ਹੈ, ਇਹਦੀ ਵੀ ਲੋਕਾਂ ਦੇ ਮਨ ਦੇ ਉੱਤੇ ਭਾਰੂ ਹੈ ਕਿ ਹਾਲੇ ਤਾਂ ਨਵੀਂ ਜੰਮੀ ਪਾਰਟੀ ਹੈ ਅਤੇ ਹੁਣ ਹੀ ਇਹਨਾਂ ਦੇ ਕੰਮ ਸ਼ੁਰੂ ਹੋ ਗਿਆ ਹੈਗਾ। ਅਕਾਲੀ ਬੀਜੇਪੀ ਦੇ ਵੀ ਹੈ ਕਿ ਬੀਜੇਪੀ ਅਤੇ ਅਕਾਲੀ ਆਪਸ 'ਚ ਗੋਲੀਆਂ ਚਲਾ ਰਹੇ ਨੇ ਅਤੇ ਫਿਰ ਵੀ ਸੱਤਾ ਦੀ ਪ੍ਰਾਪਤੀ ਵਾਸਤੇ ਇਕੱਠੇ ਬੈਠੇ ਨੇ ਜੀ ਜੀ। ਇਹ ਲੋਕਾਂ ਦੇ ਗੱਲਾਂ ਜਿਹੜੀਆਂ ਹੈ ਮਨ ਦੇ ਵਿੱਚ, ਦੇਰ ਇਜ਼ ਏ ਟੋਟਲ ਕਨਫਿਊਜ਼ਨ। ਬਾਦਲਾਂ ਦਾ ਸਭ ਨੂੰ ਪਤਾ ਜਾਣਾ ਹੈ, ਪਰ ਉਹਨਾਂ ਦਾ ਆਲਟਰਨੇਟਿਵ ਕੌਣ ਬਣੇਗਾ? ਓਕੇ, ਮੈਂ ਪਹਿਲਾਂ ਕਿਹਾ ਕਿ ਨੈਚੁਰਲ ਆਲਟਰਨੇਟਿਵ ਕਾਂਗਰਸ ਹੈ, ਪਰ ਉਹ ਹਰੇਕ ਇਲੈਕਸ਼ਨ ਦੇ ਵਿੱਚ ਹਰੇਕ ਤਰ੍ਹਾਂ ਦੇ ਸਮੀਕਰਨ ਚੇਂਜ ਹੁੰਦੇ ਜੀ, ਬਿਲਕੁਲ ਠੀਕ ਹੈ। ਤਾਂ ਉਹ ਹੁਣ ਕੀ ਹੋਏਗਾ, ਜੇ ਤਾਂ ਕਾਂਗਰਸ ਆਪਣੇ ਆਪ ਨੂੰ ਸਹੀ ਆਲਟਰਨੇਟਿਵ ਦੇ ਸਕੀ ਜੀ ਜੀ, ਤਾਂ ਲੋਕ ਉਹਨੂੰ ਵੋਟ ਪਾਉਣਗੇ। ਓਕੇ ਗੱਲ ਸਰ, ਮੈਂ ਜੀ ਕਾਂਗਰਸ ਦੇ ਮੁੱਦੇ 'ਤੇ ਮੈਂ ਦੁਬਾਰਾ ਆਉਣਾ, ਗਰੀਬਲ ਸਾਹਿਬ ਇੱਕ ਗੱਲ ਅਸੀਂ ਆਪਣੇ ਦਰਸ਼ਕਾਂ ਲਈ ਜ਼ਰੂਰ ਜਾਣਨਾ ਚਾਹਾਂਗੇ। ਜਿੱਦਾਂ ਇਹਨਾਂ ਨੇ ਕਿਹਾ ਵੀ ਕਿ ਬੀਜੇਪੀ ਗੱਲ ਕਮਲ ਸ਼ਰਮਾ ਦੀ ਨਹੀਂ ਹੈ, ਨੈਸ਼ਨਲ ਲੈਵਲ 'ਤੇ ਵੀ ਇੱਦਾਂ ਦੇ ਐਲੀਗੇਸ਼ਨ ਲੱਗਦੇ ਆ, ਬੀਜੇਪੀ ਦੀ ਲੀਡਰਸ਼ਿਪ ਦੇ ਉੱਤੇ ਐਲੀਗੇਸ਼ਨ ਲੱਗੇ ਆ, ਇਸ ਕਰਕੇ ਇੱਦਾਂ ਦੀ ਲੀਡਰਸ਼ਿਪ ਨੂੰ ਕਿਉਂ ਲੋਕ ਪਸੰਦ ਕਰਨਗੇ? ਇਸ ਤਰ੍ਹਾਂ ਜੀ, 10 crore ਮੈਂਬਰਾਂ ਦੀ ਪਾਰਟੀ ਹੈ ਜੀ, ਉਹਦੇ 'ਚ ਕਿਸੇ ਨਾ ਕਿਸੇ 'ਤੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਜੇ, ਬੰਗਾਰੂ ਲਕਸ਼ਮਣ ਜੀ ਬਾਰੇ ਮੈਂ ਇਹ ਕਹੂੰਗਾ, ਅੱਜ ਤਾਂ ਉਹ ਦੁਨੀਆ 'ਚ ਨਹੀਂ ਹੈਗੇ, ਉਹ ਇੱਕ ਦਲਿਤ ਪਰਿਵਾਰ ਦਾ ਵਿਅਕਤੀ ਕਾਰਜਕਰਤਾ ਉੱਥੋਂ ਤੱਕ ਗਿਆ ਸੀ, ਉਹ ਲੋਕਾਂ ਨੂੰ ਕਈ ਵਾਰ ਦਲਿਤਾਂ ਨਾਲ ਵੀ ਔਰ ਦੂਸਰਿਆਂ ਨਾਲ ਵੀ ਬਰਦਾਸ਼ਤ ਨਹੀਂ ਹੁੰਦੇ, ਬਹੁਤ ਸਾਰੀਆਂ ਸਾਜ਼ਿਸ਼ਾਂ ਹੋ ਜਾਂਦੀਆਂ ਨੇ। ਪਰ ਇੱਕ ਚੀਜ਼ ਜਿਹੜੀ ਤੁਸੀਂ ਹੁਣੇ ਪੁੱਛ ਰਹੇ ਸੀ, ਮੈਂ ਕਹੂੰਗਾ ਬੜੀ ਮਹੱਤਵਪੂਰਨ ਆ, ਓਕੇ, ਕਿ ਜਦੋਂ ਪਾਣੀ ਜਾਂਦਾ ਨਾ ਬਹਿੰਦਾ, ਉਹ ਅੱਗੇ ਉਹ ਰਸਤਾ ਬਲੌਕ ਹੋ ਜਾਂਦਾ। ਪੰਜਾਬ ਦੀ ਜਨਤਾ ਦੀ ਚਿੰਤਾ ਨਾ ਕਰੋ, ਉਹ ਰਸਤਾ ਆਪਣੇ ਆਪ ਬਣਾ ਲੈਣਗੇ ਤੁਸੀਂ ਜੀ ਜੀ ਜੀ। ਔਰ ਲੋਕ ਆਪਣੀ ਜਿਹੜੀ ਪੰਜਾਬ ਦਾ ਵਿਕਾਸ ਵੀ ਚਾਹੁੰਦੇ ਆ, ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵੀ ਚਾਹੁੰਦੇ ਆ। ਔਰ ਮੈਂ ਅੱਜ ਇੱਕ ਚੀਜ਼ ਹੋਰ ਇੱਥੇ ਕਹਿਣਾ ਜੋ ਕਰਨਲ ਸਾਹਿਬ ਨੇ ਨਹੀਂ ਬੋਲਣੀ, ਕਿ ਕੈਪਟਨ ਅਮਰਿੰਦਰ ਸਿੰਘ ਅਗਰ ਕਾਂਗਰਸ 'ਚੋਂ ਅਲੱਗ ਹੋ ਗਏ ਤਾਂ ਉਹਨਾਂ ਦੀ ਜ਼ਰੂਰ ਇੱਕ ਪਹਿਚਾਣ ਅਲੱਗ, ਔਰ ਇੱਕ ਉਹਨਾਂ ਨੂੰ ਲੋਕ ਅਲੱਗ ਤੋਂ ਪਸੰਦ ਵੀ ਕਰਦੇ ਆ। ਪਰ ਜੇ ਉਹ ਕਾਂਗਰਸ 'ਚ ਖੜ੍ਹੇ ਰਹੇ
ਅਤੇ ਫਿਰ ਲੋਕ ਪਸੰਦ ਨਹੀਂ ਕਰਦੇ ਕਿ ਕਾਂਗਰਸ ਤੋਂ ਨਾਰਾਜ਼ ਅਤੇ ਨਿਰਾਸ਼ ਨਹੀਂ ਲੋਕ। ਇਸ ਕਰਕੇ ਆਉਣ ਵਾਲੇ ਸਮੀਕਰਨ ਕੀ ਬਣਨੇ ਨੇ? ਤੁਹਾਨੂੰ ਲੱਗਦਾ ਕਿ ਜਿੱਦਾਂ ਕਰਨਲ ਸਾਹਿਬ ਕਿ ਕਾਂਗਰਸ ਜਿਹੜੀ ਹੈਗੀ ਹੈ ਕੋਈ ਅਲਟਰਨੇਟਿਵ ਨਹੀਂ ਬਣ ਸਕਦੀ? ਕਾਂਗਰਸ ਬਿਲਕੁਲ ਅਲਟਰਨੇਟ ਨਹੀਂ ਬਣੇਗੀ। ਕਾਂਗਰਸ ਤਾਂ ਲੋਕ ਨਾਰਾਜ਼ ਨੇ, ਨਿਰਾਸ਼ ਨੇ, ਨਹੀਂ ਤਾਂ ਨਵੀਆਂ ਚੀਜ਼ਾਂ ਦੇਖਣਗੇ ਲੋਕ, ਨਵੇਂ ਸਮੀਕਰਨ ਬਣਨਗੇ। ਸਮੀਕਰਨ ਮੈਂ ਦੱਸਿਆ ਹੀ ਨਾ, ਪਾਣੀ ਆਪਣਾ ਰਸਤਾ ਬਣਾਉਂਦਾ। ਓਕੇ ਕਰਨਲ ਸਾਹਿਬ, ਮੈਂ ਆਉਣਾ ਤੁਹਾਡੇ ਵੱਲ ਜਿਹੜਾ ਹੈਗਾ ਮਾਫੀ ਇਸ ਵਾਲੀ ਇਹਦੇ ਲਈ। ਸ਼ੇਗਲ ਸਾਹਿਬ, ਜਿੱਦਾਂ ਦੀ ਸਿਚੁਏਸ਼ਨ ਜਿਹੜੀ ਬਣ ਰਹੀ ਹੈ ਸਾਡੇ ਦੋਨਾਂ ਮਹਿਮਾਨਾਂ ਦੀ, ਇਸ ਮੁੱਦੇ 'ਤੇ ਰਹਿ ਵੀ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪੰਜਾਬ 'ਚ ਤੁਸੀਂ ਰੈਲੀਆਂ ਸ਼ੁਰੂ ਕੀਤੀਆਂ, ਪ੍ਰੋਗਰਾਮ ਹੈਗੇ ਹੈ ਤਾਂ ਕਾਫੀ ਏਰੀਆ ਪੰਜਾਬ ਦਾ, ਮਾਲਵੇ ਦਾ, ਕੁਛ ਹੋਰ ਥਾਵਾਂ 'ਤੇ ਕੀਤੀਆਂ, ਕਿਹੋ ਜਿਹਾ ਰਿਸਪੋਂਸ ਹੈ? ਮਾਲਵੇ ਨਹੀਂ, ਹਰ ਜਗ੍ਹਾ 'ਤੇ ਕੀਤੀਆਂ ਜੀ। ਕੱਲ੍ਹ ਸਾਡੀ ਖਡੂਰ ਸਾਹਿਬ ਹੈਗੀ ਆ, ਪਰਸੋਂ ਸਾਡੀ ਜਲੰਧਰ ਹੈਗੀ ਆ ਜੀ। ਇਹ ਅਸੀਂ ਮਾਲਵੇ, ਦੁਆਬੇ, ਮਾਝੇ ਹਰ ਥਾਂ 'ਤੇ ਕੀਤੀਆਂ, ਸਾਰੇ ਰੀਜਨ ਕਵਰ ਕਰ ਰਹੇ। ਹਾਂਜੀ ਹਾਂਜੀ। ਅਤੇ ਅਸੀਂ 4 ਅਕਤੂਬਰ ਤੱਕ ਸਾਡੀਆਂ ਮੋਰ ਦੈਨ ਨੀਅਰਲੀ 30 ਰੈਲੀਜ਼ ਤੱਕ ਅਸੀਂ ਕਰ ਲੈਣੀਆਂ। ਸੋ ਗੱਲ ਇਹ ਕਿ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ, ਲੋਕਾਂ 'ਚ ਅਸੀਂ ਜਾ ਰਹੇ ਹਾਂ ਕਿਉਂਕਿ ਵੀ ਆਰ ਇਨ ਇਲੈਕਸ਼ਨ ਮੋਡ ਟੂਡੇ। ਵੀ ਆਰ ਇਨ ਇਲੈਕਸ਼ਨ ਮੋਡ ਬਿਕੋਜ਼ ਵੀ ਆਰ ਕਮਿਊਨੀਕੇਟਿੰਗ ਵਿਦ ਦ ਪੀਪਲ, ਵੀ ਆਰ ਗੋਇੰਗ ਟੂ ਦ ਪੀਪਲ। ਆਮ ਆਦਮੀ ਪਾਰਟੀ ਦਾ ਹਰ ਇੱਕ ਕਾਰਿਆਕਰਤਾ ਲੋਕਾਂ ਦੇ ਵਿੱਚ ਬੈਠਾ ਹੈ। 1 ਲੱਖ ਵਾਲੰਟੀਅਰ ਨੂੰ ਅਸੀਂ ਜ਼ਿੰਮੇਵਾਰੀ ਦੇ ਰਹੇ ਹਾਂ। 1 ਲੱਖ ਰਿਸਪੋਂਸੀਬਲ ਵਾਲੰਟੀਅਰ ਇਜ਼ ਦੇਰ ਇਨ ਦ ਪਾਰਟੀ ਹੂ ਆਰ ਵਰਕਿੰਗ ਡੇ ਇਨ ਐਂਡ ਡੇ ਆਊਟ। ਕਿਉਂਕਿ ਗੱਲ ਇਹ ਆ ਕਿ ਅੱਛਾ ਇਹ ਲੋਕ ਕੌਣ ਨੇ? ਇਹ ਕੋਈ ਇਹ ਨਹੀਂ ਕਿ ਜਿਹੜੇ ਕੋਈ ਪਹਿਲਾਂ ਪੋਲੀਟੀਕਲ ਪਾਰਟੀਆਂ 'ਚ, ਇਹ ਆਮ ਆਦਮੀ ਘਰਾਂ 'ਚੋਂ ਨਿਕਲ ਕੇ, ਆਈ ਮੀਨ ਦੇਰ ਆਰ ਵੁਮੈਨ ਹੂ ਆਰ ਇਨਵੋਲਵਡ, ਯੰਗਸਟਰਸ। ਸਾਡੀ ਜਿਹੜੀ ਸਭ ਤੋਂ ਵੱਡੀ ਸਟਰੈਂਥ ਆ ਦੈਟ ਇਜ਼ ਅ ਯੰਗਸਟਰਸ ਜੀ ਜੀ। ਯੰਗਸਟਰਸ ਜਿਹੜੇ ਹੈਗੇ ਮੇਰੇ ਹਿਸਾਬ ਨਾਲ ਮੋਰ ਦੈਨ 90% ਦੇ ਆਰ ਵਿਦ ਆਮ ਆਦਮੀ ਪਾਰਟੀ ਟੂਡੇ। ਬਹੁਤ ਉਨ੍ਹਾਂ, ਕਿਉਂਕਿ ਉਹਨਾਂ ਨੇ ਦੇਖ ਲਿਆ ਹੈ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਜ਼ ਨੇ ਉਹਨਾਂ ਨੇ ਕਿਵੇਂ ਕਿਸ ਤਰ੍ਹਾਂ ਦੀ ਰਾਜਨੀਤੀ ਅੱਜ ਤੱਕ ਕੀਤੀ ਹੈ। ਓਕੇ ਓਕੇ ਸ਼ੇਖਰ ਸਾਹਿਬ, ਜਿੱਦਾਂ ਤੁਸੀਂ ਕਹਿ ਰਹੇ ਕਿ ਤੁਹਾਨੂੰ ਇੰਨਾ ਹੰਗਾਰਾ ਮਿਲ ਰਿਹਾ, ਉਹਦੇ 'ਤੇ ਕੁਐਸਚਨ ਇਹ ਵੀ ਖੜ੍ਹੇ ਹੁੰਦੇ ਆ, ਉਹ ਹੈ ਕਿ ਵੀ ਜੇ ਆਪਾਂ ਗੱਲ ਕਰਦੇ ਹਾਂ ਜਿਹੜੇ ਤੁਹਾਡੇ ਪਾਰਲੀਮੈਂਟ ਮੈਂਬਰ ਹੈ ਗਾਂਧੀ, ਖਾਲਸਾ, ਔਰ 2 ਦਿਨ ਪਹਿਲਾਂ ਜਿੱਦਾਂ ਫੂਲਕਾ ਜੀ ਨੇ, ਚਲੋ ਪਾਰਟੀ ਤੋਂ ਅਲੱਗ ਨਹੀਂ ਹੋਏ ਪਰ ਉਹਨਾਂ ਨੇ ਪਾਰਟੀ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੋਂ ਆਪਣੇ ਆਪ ਨੂੰ ਮੁਕਤ ਕੀਤਾ ਹੈਗਾ, 2 ਪਾਰਲੀਮੈਂਟ ਮੈਂਬਰ ਪਹਿਲਾਂ ਅਲੱਗ ਹੋ ਗਏ। ਇਹਦੇ ਨਾਲ ਲੱਗਦਾ ਨਹੀਂ ਕਿ ਪੰਜਾਬ ਦੇ ਲੋਕਾਂ 'ਚ ਇੱਕ ਜਿਹੜੇ ਬਦਲ ਚਾਹੁੰਦੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਨਾਲ ਨਿਰਾਸ਼ਤਾ ਨਹੀਂ ਸਾਹਮਣੇ ਆਏਗੀ? ਦੇਖੋ ਜੀ, ਸਾਡੀ ਪਾਰਟੀ 'ਚ ਆਮ ਆਦਮੀ ਨੇ, ਫੁਲਕਾ ਜੀ ਇੱਕ ਵਕੀਲ ਨੇ ਜੀ, ਉਹਨਾਂ ਨੇ ਹੁਣ ਉਹਨਾਂ ਨੇ ਦੇ ਹੀਜ਼ ਵਿਦ ਆਮ ਆਦਮੀ ਪਾਰਟੀ ਜੀ, ਆਮ ਆਦਮੀ ਪਾਰਟੀ ਦੇ ਉਹਨਾਂ ਨੇ 1984 ਦੇ ਰਾਇਟਸ ਜਿਹੜੇ ਕੇਸਿਸ ਨੇ ਉਹਨਾਂ 'ਤੇ ਫੋਕਸ ਕਰਨ ਵਾਸਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਉਹਨਾਂ 'ਤੇ ਫੋਕਸ ਕਰ ਰਿਹਾ। ਅਤੇ ਬਾਕੀ ਇਸ ਤਰ੍ਹਾਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਇਸ ਪ੍ਰੋਬਲਮ 'ਤੇ ਕਿਹਾ ਹੋਇਆ ਕਿ ਆਮ ਆਦਮੀ ਪਾਰਟੀ 'ਚ 1, 2, 3, 4 ਇੰਡੀਵਿਜੁਅਲਸ ਇੱਥੇ ਜਿਹੜੇ ਵਾਲੰਟੀਅਰ ਕਰਦੇ, ਵਾਲੰਟੀਅਰਸ ਇੱਕ ਸੋਚ ਆ, ਇਟ ਇਜ਼ ਅ ਸੋਚ ਐਂਡ ਅ ਵਾਲੰਟੀਅਰ ਇਜ਼ ਵੈਰੀ ਇੰਪੋਰਟੈਂਟ ਜੀ। 1, 2, 3, 4 ਇੰਡੀਵਿਜੁਅਲਸ ਜਾਂ ਉਹਨਾਂ ਦੀ, ਉਹ ਵੀ ਕੀ ਸੀਗਾ, ਉਹਨਾਂ ਨੇ ਇੱਕ ਸੈਪਰੇਟ ਸਟੇਜ ਲਾਤੀ ਸੀ ਤਾਂ ਕਰਕੇ ਸਾਰਾ ਕੁਛ ਹੋਇਆ ਸੀਗਾ। ਪਰ ਆਮ ਆਦਮੀ ਪਾਰਟੀ ਤੁਸੀਂ ਦੇਖੋ ਉਸ ਤਰ੍ਹਾਂ ਦੀਆਂ ਕੁਛ ਡਿਵੈਲਪਮੈਂਟਸ ਹੋਈਆਂ ਉਸ ਤੋਂ ਬਾਅਦ ਵੀ, ਯੂ ਜਸਟ ਸੀ ਦ ਕਾਊਂਟ ਇਨ ਦ ਰੈਲੀਸ। ਓਕੇ, ਸੋ ਉਹ ਐਕਸਪੋਨੈਂਸ਼ਲੀ ਜਿਹੜੀ ਆਮ ਆਦਮੀ ਪਾਰਟੀ, ਜਿਹੜਾ ਮੈਂ ਵਰਡ ਯੂਜ਼ ਕਰੂੰਗਾ ਜੀ, ਜਿਹੜੀ ਮੈਂ ਖੁਦ ਵਿਟਨੈਸ ਕਰ ਰਿਹਾ ਡੇ ਇਨ ਐਂਡ ਡੇ ਆਊਟ, ਉਹ ਹੈਗੀ ਕਿ ਆਮ ਆਦਮੀ ਪਾਰਟੀ ਇਜ਼ ਗਰੋਇੰਗ ਐਕਸਪੋਨੈਂਸ਼ਲੀ ਬਿਕੋਜ਼ ਲੋਕ ਜਿਹੜੇ ਹੈਗੇ ਉਹਨੂੰ ਸਮਝਦੇ, ਆਮ ਆਦਮੀ ਸਮਝਦਾ ਪਾਰਟੀ ਹੈ, ਦੇ ਆਰ ਪਾਰਟੀਸਪੇਟਿੰਗ ਰੈਵੋਲਿਊਸ਼ਨਰੀ ਮੂਵਮੈਂਟ। ਓਕੇ ਸਰ, ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਜਿਹੜਾ ਗਰੇਵਾਲ ਸਾਹਿਬ ਨੇ ਇੱਕ ਇਸ਼ੂ ਰੇਜ਼ ਕੀਤਾ, ਉਹ ਹੈ ਕੈਪਟਨ ਅਮਰਿੰਦਰ ਦਾ। ਮੈਂ ਉਹਨਾਂ ਨੂੰ ਪੁੱਛਿਆ ਜੀ ਵੀ ਇੱਥੇ ਇੱਦਾਂ ਦੀ ਅਫਵਾਹ ਚੱਲਦੀ ਪਈ ਹੈ, ਉਹ ਕਹਿੰਦੇ ਕਿ ਮੈਂ ਇੰਗਲੈਂਡ ਜਾ ਰਿਹਾ ਪਾਰਟੀ ਨੂੰ ਮਜ਼ਬੂਤ ਕਰਨ ਲਈ, ਮੈਂ ਪਾਗਲ ਹਾਂ ਕਿ ਉੱਥੇ ਤੁਰਿਆ ਫਿਰਦਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ? ਤਾਂ ਉਹਨਾਂ ਨੇ ਇਹੋ ਜਿਹੀ ਕਿਸੇ ਵੀ ਸੰਭਾਵਨਾਵਾਂ ਨੂੰ ਰੱਦ ਕੀਤਾ, ਇਨਕਾਰ ਕੀਤਾ ਕਿ, ਔਰ ਉਹਨਾਂ ਨੇ ਇਹ ਕਦੇ ਕਿਹਾ ਵੀ ਨਹੀਂ ਕਿ ਮੈਂ ਪਾਰਟੀ ਛੱਡ ਰਿਹਾ। ਹਾਂ, ਇੱਕ ਗੱਲ ਹੈ ਜਿਹੜੀ ਪਿਛਲੇ ਦਿਨਾਂ 'ਚ ਉਹਨਾਂ ਨੇ ਕੁਛ ਮੀਡੀਆ 'ਚ ਆਪਣੀਆਂ ਇੰਟਰਵਿਊ ਦਿੱਤੀਆਂ, ਉਹਨਾਂ ਦੇ 'ਚ ਇਹ ਗੱਲ ਕਹੀ ਵੀ ਹੈ ਕਿ ਠੀਕ ਹੈ ਅਗਰ ਪਾਰਟੀ ਕੋਈ ਨਈ ਡਿਸੀਜਨ ਠੀਕ ਲਏਗੀ ਤਾਂ ਮੈਨੂੰ ਕੋਈ ਨਾ ਕੋਈ ਬਦਲ ਜਿਹੜਾ ਆਲਟਰਨੇਟਿਵ ਸੋਚਣਾ ਪਏਗਾ। ਇਹ ਇੱਕ ਕਲੀਅਰ ਆਲਟਰਨੇਟਿਵ ਨਹੀਂ ਕਿਹਾ ਜੀ, ਉਹਨੂੰ ਆਪਸ਼ਨ ਕਿਹਾ, ਆਪਸ਼ਨ ਕਿਹਾ, ਰਾਈਟ, ਉਹਦਾ ਮੀਨਿੰਗ ਹੈਗਾ, ਇੱਕ ਮਿੰਟ ਸੁਣੋ, ਜੀ ਇੱਕ ਵਾਰ ਦੇ ਕਈ ਮੀਨਿੰਗ ਆਪਾਂ ਲੈ ਸਕਦੇ ਹਾਂ ਜੀ, ਮੇਰੀ ਗੱਲ ਸੁਣੋ।
ਆਪਸ਼ਨਸ ਜ਼ਿੰਦਗੀ ਦੇ ਵਿੱਚ ਕਦੇ ਬੰਦ ਨਹੀਂ ਹੁੰਦੀਆਂ। ਅਸੀਂ ਉਸ ਆਪਸ਼ਨ ਦੀ ਗੱਲ ਹੀ ਕਰ ਰਹੇ ਹਾਂ। ਆਪਸ਼ਨ ਜ਼ਿੰਦਗੀ ਦੇ ਵਿੱਚ ਕਦੇ ਬੰਦ ਨਹੀਂ ਹੁੰਦੀਆਂ ਜੀ ਜੀ, ਪਰ ਹਾਲੇ ਤੱਕ ਜੋ ਵੀ ਉਹਨਾਂ ਦਾ ਸਟੈਂਡ ਰਿਹਾ ਹੈ ਉਹ ਸਟੈਂਡ ਅੱਜ ਦਾ ਨਹੀਂ ਰਿਹਾ। ਉਹ 2.5 ਸਾਲ ਪਹਿਲਾਂ ਜਦੋਂ ਪ੍ਰਤਾਪ ਬਾਜਵਾ ਜੀ ਨੂੰ ਪ੍ਰਧਾਨ ਬਣਾਉਣ ਤੋਂ ਪਹਿਲਾਂ ਵੀ ਉਹ ਕਹਿ ਰਹੇ ਸੀ, ਹੁਣ ਵੀ ਕਹਿ ਰਹੇ ਨੇ, ਅੱਜ ਤਾਂ ਹੀ ਕਹਿ ਰਹੇ ਨੇ ਕਿ ਪ੍ਰਤਾਪ ਬਾਜਵਾ ਕੈਪੇਬਲ ਨਹੀਂ ਹੈ ਪਾਰਟੀ ਨੂੰ ਰਨ ਕਰਨ ਲਈ, ਇਹਨੂੰ ਚੇਂਜ ਕਰੋ, ਹੋਰ ਕਿਸੇ ਨੂੰ ਲਗਾ ਦਿਓ। ਰਾਈਟ ਨਾ, ਦੂਸਰੀ ਗੱਲ ਤੁਸੀਂ ਦੇਖੋ ਮਥੁਰਾ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਕੀ ਕਿਹਾ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਕੋਈ RSS ਨਹੀਂ ਹੈ ਕਿ ਜੇ ਇੱਥੇ ਆ ਕੇ ਕਹੋ ਕਿ ਅਸਮਾਨ ਕਾਲਾ ਤਾਂ ਸਾਰੇ ਮੰਨ ਲੈਣਗੇ ਕਾਲਾ। ਡੈਮੋਕ੍ਰੇਟਿਕ ਪਾਰਟੀ ਹੈ, ਹਰ ਕਿਸੇ ਨੂੰ ਹੱਕ ਹੈ ਇਹ ਕਹਿਣ ਦਾ ਜੋ ਉਹ ਸੋਚਦਾ। ਔਰ ਕੈਪਟਨ ਅਮਰਿੰਦਰ ਬਾਰੇ ਤਾਂ ਸਾਰਿਆਂ ਨੂੰ ਪਤਾ ਕਿ ਉਹ ਆਪਣੀ ਗੱਲ ਬੜੀ ਬੇਬਾਕੀ ਨਾਲ ਕਰਦੇ ਨੇ, ਬਿਨਾਂ ਡਰਿਆ ਕਰਦੇ ਨੇ। ਇੱਕ ਵੇਲਾ ਸੀ ਜਦੋਂ ਉਹਨਾਂ ਨੇ ਬੇਬਾਕੀ ਕਰਕੇ ਲੋਕਾਂ ਨੂੰ ਲੱਗਦਾ ਕਿ ਉਹ ਇੰਨੀ ਦਲੇਰੀ ਵੀ ਦਿਖਾ ਸਕਦੇ ਕਿ ਵੱਖਰਾ ਪਲੇਟਫਾਰਮ ਵੀ ਨਹੀਂ। ਓਕੇ ਓਕੇ, ਦੇਖੋ ਜਦੋਂ ਪਾਣੀ ਦੇ ਥੈਂਕ ਯੂ ਵੈਰੀ ਮਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੰਜਾਬ ਦੇ ਪੋਲੀਟੀਕਲ ਸੀਨ ਦੇ ਉੱਤੇ ਜਿਹੜੀ ਚਰਚਾ ਕਰ ਰਹੇ ਹਾਂ, ਅਸੀਂ ਇਹ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ। ਪਹਿਲੇ ਪੜਾਅ ਦੀ ਚਰਚਾ 'ਚ ਮੈਂ ਤਿੰਨਾਂ ਮਹਿਮਾਨਾਂ ਗਰੇਵਾਲ ਸਾਹਿਬ, ਕੰਬੋਜ ਸਾਹਿਬ, ਸ਼ੇਰਗਿੱਲ ਸਾਹਿਬ ਤਿੰਨਾਂ ਦੇ ਜੁਆਇਨ ਕਰਨ ਦੇ ਲਈ ਜਿੱਥੇ ਧੰਨਵਾਦੀ ਹੈ, ਉੱਥੇ ਦਰਸ਼ਕਾਂ ਦੇ ਲਈ ਵੀ ਇਹ ਸੁਨੇਹਾ ਕਿ ਇਸ ਦਸਤਕ ਪ੍ਰੋਗਰਾਮ ਦੀ ਜਿਹੜੀ ਦੂਜੇ ਪੜਾਅ ਦੀ ਚਰਚਾ ਹੈ ਤੁਸੀਂ ਉਸ ਨੂੰ ਦੇਖਣਾ ਵੀ ਨਾ ਭੁੱਲਣਾ, ਕਿਉਂਕਿ ਅਸੀਂ ਕਿ ਇਹੋ ਜਿਹੀਆਂ ਗੱਲਾਂ ਆਪਣੇ ਮਹਿਮਾਨਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਕਿ ਪੰਜਾਬ ਦੇ ਰਾਜਸੀ ਭਵਿੱਖ ਦੇ ਲਈ ਬਹੁਤ ਅਹਿਮੀਅਤ ਰੱਖਦੀਆਂ। ਇਹਦੇ ਬਾਰੇ ਕੋਈ ਵੀ ਤੁਸੀਂ ਸਾਨੂੰ ਆਪਣੀ ਰਾਏ ਦੇਣੀ ਹੋਏ, ਸਾਡੇ ਪ੍ਰੋਗਰਾਮ ਦਾ ਪਤਾ ਹੈ, ਜਗਤਾਰ ਸਿੱਧੂ @globalpunjabtv.com।